पुत्र रोटी भुख लग रही है। पुत्त तेरी मां दे जान तो बाद घर अपना जमी सुन्ना हो गया, किन्ना क चिर तू हत्थ पकाई जावेगा, किन्ना क चिर मैनू ला ला दई जावेगा रोटियां, ब्याह करा लै हुण तू भी। कोई ना बापू, करा लांगे ब्याह, तू रिश्ता तां वे डजदा। ओ पुत्ता जा तू भी खा ला रोटी। खाना बापू, मैंने चार तां रोटियां बनियां ने, तू खा उन्हें। कोई हाय हाय, लै दस मैं मर जा कि मेरा भतीजा तू इहदे सामने बैठा मुड़को मुड़की होया पिया। सत श्री अकाल पुत्त। हां पुत्त ठीक है, उठना परे हट मैं पकावा रोटी। पुत्त नहीं नहीं कोई ना, मैं पुत्त उठो उठो रहा हूं। दस हाय हाय दस, मैं तेन रोटी मैं रोज ही लाउणा है, केड़ा कोई अज दा काम है मेरा, तुसी बैठो। ओ पणे आ जा, आ जा मेरे कोल बह जा, इहनू तां आदत बणी हुई है, जीती दे जान तो बाद ना घर सुन्ना हो गया जमी। होर भी 10 साल हो गए जीती नूं गई नूं, देख लै की टाइम लगता, दिन लंघदे आ नूं, पर घर तां हुण उजड़ उजड़िया लगता है। नाले वीरे औरतां बिना कादे घर हुंदे ने। आमने दा रिश्ता वधिया घर हो जाए, जिहड़ी मेरी नूंह नहीं मेरी धी बन के रहे। हाँ वीरे, मैं ना हुण जा के उह रिश्तेदार नाल करदी आ गल, उह मैनूं कहिंदे ते पुछ के गए ने वी असीं इह रिश्ता करना, जे मैनूं लगी गल ठीक फिर मैं पक्की गल कर दूं। ਭੈਣੇ ਆਪਣੀ ਤਾਂ ਅਰਦਾਸ ਇਹੀ ਹੈ, ਆਪਣੇ ਘਰ ਨੂੰ ਭਾਗ ਲਾ ਦੇ ਪਰਮਾਤਮਾ। ਕੋਈ ਨਾ ਵੀਰੇ, ਤੂੰ ਫਿਕਰ ਨਾ ਕਰ, ਆਪੇ ਪਰਮਾਤਮਾ ਮਿਹਰ ਕਰੂਗਾ। ਚੰਗਾ, ਬਥੇਰਾ ਸਾਰਾ ਕੁਛ ਹੋ ਜਾਊਗਾ ਹੌਲੀ ਹੌਲੀ। ਚੰਗਾ ਦੇਖੀ ਲੈ, ਆਪਣਾ ਇਕੱਲਾ ਹੀ ਕੰਮ ਕਰਦਾ, ਮੈਂ ਉਹਦੇ ਨਾਲ ਕਰਾ ਦਾਂ ਵੀਰੇ ਕੰਮ। ਵਾਹ ਵਾਹ ਪਰਮਾਤਮਾ, ਮੇਰੀ ਕਿੰਨੀ ਚੰਗੀ ਭੈਣ ਆ, ਮੇਰਾ ਸਾਰਾ ਦੁੱਖ ਦਰਦ ਸਮਝਦੀ ਹੈ। ਇੱਕ ਆ ਪਿੰਡ ਵਾਲੇ ਨੇ ਕਹਿੰਦੇ ਤੁਹਾਡਾ ਘਰ ਬੇਭਾਗ ਹੈ, ਹੁਣ ਤਾਂ ਮੇਰੇ ਅਮਨੇ ਨੂੰ ਰਿਸ਼ਤਾ ਹੋ ਜਾਊਗਾ, ਫਿਰ ਇਹ ਪਿੰਡ ਵਾਲਿਆਂ ਦਾ ਮੂੰਹ ਬੰਦ ਹੋਊਗਾ। ਕਿਰਪਾ ਕਰੋ ਪ੍ਰਮਾਤਮਾ। ਹਾਂ ਕੱਲ ਜਾਏ ਉਹਨਾਂ ਕਿ ਨਹੀਂ, ਕੀ ਕਹਿੰਦੇ ਉਹ? ਮੈਂ ਤਾਂ ਜਾ ਆਇਆ ਈ, ਉਹ ਕਹਿੰਦੇ ਹੁਣ ਅਮਨੇ ਦਾ ਰਿਸ਼ਤਾ ਕਰਵਾ ਦਿਓ। ਮੈਂ ਤਾਂ ਇਹੀ ਸੋਚੀ ਜਾਂਦੀ ਹਾਂ, ਅਮਨੇ ਦਾ ਰਿਸ਼ਤਾ ਕਰਵਾਈਏ ਤਾਂ ਕਰਵਾਈਏ ਕਿੱਥੇ। ਅੱਛਾ, ਚੱਲ ਵਧੀਆ, ਨਾਲੇ ਇਹਦੇ 'ਚ ਆਪਣਾ ਵੀ ਫਾਇਦਾ ਹੋ ਜੂ। ਕੀ ਕੀ ਮਤਵਲ? ਉਹ ਮਤਵਲ ਤਾਂ ਇਹ ਹੈ, ਜਿਹੜੀ ਆਪਾਂ ਨੂੰ ਉਸ ਦਿਨ ਕੁੜੀ ਮਿਲੀ ਸੀ ਵਿਆਹ 'ਚ, ਜਿਹੜੇ ਖੁੱਲ੍ਹੇ ਜਿਹੇ ਕੱਪੜੇ ਪਾਉਂਦੀ ਸੀ, ਆਪਾਂ ਉਹਦਾ ਰਿਸ਼ਤਾ ਨਾ ਕਰਾ ਦੇ ਅਮਨ ਨੂੰ। ਕਿਹੜੀ ਕੁੜੀ? ਮੇਰੇ ਤਾਂ ਯਾਦ ਨਹੀਂ। ਅੱਛਾ ਅੱਛਾ, ਉਹ ਕੁੜੀ? ਕੁੜੀ ਤਾਂ ਠੀਕ ਹੈ, ਨਾਲੇ ਅਜਿਹਾ ਜਿਹਾ ਆਪਣਾ ਟੱਬਰ ਹੈ, ਉਹੀ ਜੀ ਨੂੰ ਆ ਜੂਗੀ, ਰਲਦੀ ਮਿਲਦੀ ਹੋ ਜੂ ਵਿੱਚ। ਚੱਲ ਫਿਰ ਤੋਰ ਲਈਏ ਗੱਲ। ਹੋਰ ਹੋਰ ਤੋਰ ਲਓ ਗੱਲ, ਤਾਂ ਵਧੀਆ।
ਕੀ ਹਾਲ ਨੇ ਜੀ? ਵਧੀਆ ਵਧੀਆ। ਹੋਰ ਭਾਈ ਠੀਕ ਹੋ? ਹਾਂ ਵੀਰੇ ਠੀਕ ਹੈ। ਬੈਠੋ, ਮੈਂ ਚਾਹ ਬਣਾ ਕੇ ਲੈ ਕੇ ਆਉਣਾ। ਆਮਣਾ ਘਰੇ ਨਹੀਂ ਹੈਗਾ। ਕੋਈ ਨਾ ਵੀਰੇ, ਚਾਹ ਮੈਂ ਬਣਾਉਣੀ ਹੈ। ਨਹੀਂ ਭਾਈ, ਤੁਸੀਂ ਬੈਠੋ। ਨਹੀਂ ਨਹੀਂ, ਤੁਸੀਂ ਬੈਠੋ, ਮੈਂ ਬਣਾਉਣੀ ਹੈ ਚਾਹ। ਚਲੋ ਠੀਕ ਹੈ, ਬਹਿ ਜਾ ਬਈ, ਬਹਿ ਜਾ। ਆ ਜਾ। ਹੋਰ ਫਸਲਬਾੜੀ ਵਧੀਆ? ਫਸਲਬਾੜੀ ਵਧੀਆ। ਇੱਕ ਸਪਰੇਅ ਦਾ ਤਾਂ ਨਿਬੜ ਗਿਆ, ਹੁਣ ਨਰਮੇ ਦੇ ਸਪਰੇਅ ਦੀ ਤਿਆਰੀ ਜੀ ਕਰ ਰਹੇ ਹਾਂ। ਠੀਕ ਹੈ, ਤੁਸੀਂ ਦੱਸੋ ਆਪਣੇ ਕਿਵੇਂ ਹੈ? ਓਏ, ਆਪਣਾ ਸਾਰਾ ਕੰਮ ਕਾਰ ਨੌਕਰੀ ਦੇਖਦਾ, ਆਪਾਂ ਤਾਂ ਘੱਟੇ ਦਾ ਹੀ ਨਾ ਖੇਤ। ਬਣਿਆ ਕੁਰਸੀ ਖਿੱਚ ਲਓ ਤੁਸੀਂ ਵੀ ਇੱਥੇ ਆ ਜਾਓ। ਕੁੜੀ ਬਹੁਤ ਸਮਝਦਾਰ ਹੈ, ਤੁਹਾਡੇ ਘਰ ਦੇ ਜਿਵੇਂ ਹਾਲਾਤ ਨੇ ਨਾ, ਤੁਹਾਡੇ ਘਰ ਨੂੰ ਜੋੜ ਕੇ ਰੱਖੋ ਕੁੜੀ। ਉਵੇਂ ਤਾਂ ਤੁਸੀਂ ਸਾਰੇ ਦਿਨ ਚੁੱਲ੍ਹੇ ਮੂਹਰੇ ਫੁਕੀ ਜਾਂਦੇ ਹੋ, ਦਾਗਾਂ ਦੁੱਗਾਂ ਨੂੰ ਕੀ ਹੁੰਦਾ ਹੁੰਦਾ ਹੈ? ਚਲੋ ਭਾਈ, ਉਹ ਤਾਂ ਠੀਕ ਹੈ, ਬਾਕੀ ਮੈਂ ਅਮਨ ਦੀ ਸਲਾਹ ਲੈ ਲੂੰਗਾ ਇੱਕ ਵਾਰੀ, ਉਹਨੂੰ ਵੀ ਦਿਖਾ ਦਿੰਦੇ ਹਾਂ ਫੋਟੋ। ਲੈ ਵੀਰੇ, ਅਮਨੇ ਨੂੰ ਪੁੱਛਣ ਨੂੰ ਕੀ ਹੈ, ਉਹ ਤਾਂ ਜਵਾਕ ਹੈ, ਨਾਲੇ ਹੁਣ ਸਾਡੀ ਤਾਂ ਕੁੜੀ ਦੇ ਘਰ ਦੇ ਨਾਲ ਗੱਲ ਹੋ ਗਈ, ਐਵੇਂ ਨਾ ਤੁਸੀਂ ਕੁਛ ਨੰਨਾ ਮਾਰ ਦੇ ਵਿੱਚ ਤੇ ਸਾਡੀ ਬੇਇੱਜ਼ਤੀ ਨਾ ਕਰਾ ਦਿਓ ਕਿਤੇ। ਭੈਣੇ, ਮੈਂ ਤੁਹਾਡੀ ਬੇਇੱਜ਼ਤੀ ਨਹੀਂ ਹੋਣ ਦਿੰਦਾ, ਮੇਰੇ ਵੱਲੋਂ ਤਾਂ ਰਿਸ਼ਤੇ ਨੂੰ ਹਾਂ, ਨਾਲੇ ਤੁਸੀਂ ਕਿਹੜਾ ਮੇਰੇ ਬਾਰੇ ਮਾੜਾ ਸੋਚੋਗੇ? ਲੈ ਹੋਰ ਵੀਰੇ, ਰੰਗ ਤਾਂ ਦੋਏ ਹੁੰਦੇ ਨੇ, ਗੋਰਾ ਔਰ ਕਾਲਾ। ਜਦ ਆਪਾਂ ਨੂੰ ਪਤਾ ਲੱਗ ਗਿਆ ਵੀ ਕੁੜੀ ਸਿਆਣੀ ਹੈ, ਆਪਣਾ ਘਰ ਸਾਂਭ ਲੂਗੀ, ਹੋਰ ਆਪਾਂ ਨੂੰ ਕੀ ਚਾਹੀਦਾ? ਚੱਲ ਠੀਕ ਆ ਬਾਈ, ਅਸੀਂ ਚੱਲਦੇ ਹਾਂ, ਕੁੜੀ ਆਪਣੇ ਘਰ ਜਾ ਕੇ ਗੱਲ ਕਰਦੇ ਹਾਂ ਫਿਰ ਪੱਕੀ, ਹੈ ਨਾ? ਠੀਕ ਹੈ ਜੀ, ਠੀਕ ਹੈ ਜੀ। ਚੱਲ ਚੰਗਾ ਵੀਰੇ। ਚੰਗਾ ਭੈਣੇ। ਬਾਪੂ, ਹਾਲ ਘੜੇ ਆਉਂਦਾ ਮੈਂ ਸਾਰਾ, ਹੁਣ ਮੱਝਾਂ ਨੂੰ ਕੱਖ ਪਾ ਲਾ। ਉਹ ਪਹਿਲਾਂ ਗੱਲ ਸੁਣ ਪੁੱਤ ਮੇਰੀ, ਉਰੇ ਬੈਠ। ਦੱਸ, ਉਹ ਅੱਜ ਤੇਰੀ ਭੂਆ ਆਉਣੀ ਆਏ ਤੇ, ਅੱਛਾ, ਉਹਨਾਂ ਨੇ ਕੋਈ ਕੁੜੀ ਦੇਖੀ ਆ ਤੇਰੇ ਵਾਸਤੇ? ਅੱਛਾ, ਹਾਂ, ਤੈਨੂੰ ਰਿਸ਼ਤਾ ਕਰਾਉਣ ਨੂੰ ਫਿਰਦੇ ਨੇ ਉਹ। ਠੀਕ ਹੈ ਬਾਪੂ। ਹਾਂ, ਆਹ ਦੇਖ ਲੈ ਕੁੜੀ ਦੀ ਫੋਟੋ। ਉਹ ਬਾਪੂ, ਇਹਦੇ ਨਾਲ ਵਿਆਹ ਕਰਾਉਂ ਹੁਣ ਮੈਂ, ਐਡਾ ਵੀ ਨਹੀਂ ਤੇਰਾ ਪੁੱਤ ਮਾੜਾ ਹੈਗਾ। ਉਹ ਪੁੱਤ ਧਿਆਨ ਨਾਲ ਦੇਖ ਲੈ, ਕੁੜੀ ਵਧੀਆ। ਉਹ ਦੇਖਣਾ ਕੀ ਆ, ਕੁੜੀ ਕੀ ਵਧੀਆ, ਐਡੇ ਐਡੇ ਦੇ ਮੂੰਹ ਤੇ ਦਾਗ ਨੇ ਯਾਰ, ਤੂੰ ਹੀ ਮੈਨੂੰ ਫਾਲ ਟੰਗਣ ਨੂੰ ਫਿਰਦਾ, ਤੂੰ ਹੀ ਮੈਨੂੰ ਮੇਰਾ ਗਲਾ ਘੋਟਦੇ ਨੇ ਕੋਈ। ਤੂੰ ਪੁੱਤ, ਹੁਣ ਕਲੇਸ਼ ਕਰਨ ਦਾ ਕੋਈ ਫਾਇਦਾ ਨਹੀਂ, ਤੇਰੇ ਭੂਆ ਤੇ ਫੜਨਾ ਰਿਸ਼ਤਾ ਪੱਕਾ ਕਰਿਆ ਏ, ਹੁਣ ਸਾਡੀ ਇੱਜ਼ਤ ਦਾ ਸਵਾਲ ਹੈ। ਉਹ ਬਾਪੂ, ਕਿਹੋ ਜਿਹੀਆਂ ਗੱਲਾਂ ਕਰਦਾ ਯਾਰ, ਮੈਂ ਬਚਪਨ ਤੋਂ ਸੋਚਿਆ ਹੋਇਆ ਵੀ ਮੇਰੇ ਘਰ ਵਾਲੀ ਸੋਹਣੀ ਹੋਊਗੀ, ਮੈਂ ਇਹ ਗੱਲ ਉਹਦੀ ਮਾਂ ਨੂੰ ਵੀ ਕਿਹਾ ਕਰਦਾ ਸੀ। ਨਾਲੇ ਪੁੱਤ ਗੱਲ ਸੁਣ ਮੇਰੀ, ਇੱਕ ਔਰਤ ਏ ਘਰ ਵਸਾ ਸਕਦੀ ਹੈ, ਨਾਲੇ ਤੇਰੀ ਮਾਂ ਦੇ ਮਰਨ ਤੋਂ ਬਾਅਦ ਨਾ ਆਪਣੇ ਘਰੇ ਔਰਤ ਦਾ ਪੈਰ ਵੀ ਨਹੀਂ ਪਿਆ ਹੈਗਾ। ਪੁੱਤ, ਹੁਣ ਤਾਂ ਤੈਨੂੰ ਇਸੇ ਕੁੜੀ ਨਾਲ ਵਿਆਹ ਕਰਾਉਣਾ ਪਊ, ਨਾਲੇ ਤੈਨੂੰ ਮੇਰੇ ਸਿਰ ਦੀ ਸਹੁੰ ਜੇ ਤੈਨੇ ਨਾ ਕਰੀ। ਬਾਪੂ, ਪਾਣ ਜਿਹਾ ਖੋਲ ਦੇ ਗੇਟ ਹੁਣ। ਲੈ ਮਾਮਾ ਲੈ। ਚੱਲ ਭਾਣਜਾ, ਤੂੰ ਵੀ ਗੱਡੀ ਸਾਈਡ ਤੇ ਲਾ ਦੇ, ਸਮਾਨ ਕੱਢਣਾ ਗੱਡੀ ਚੋਂ। ਵਧਾਈਆਂ ਵੀਰਾਨੇ ਤੈਨੂੰ। ਓ ਹਾਂ ਬਈ ਹਾਂ, ਤੇਰਾ ਰਿਸ਼ਤਾ ਇੱਥੇ ਕਰਾਉਣਾ ਕੋਈ ਸੌਖਾ ਕੰਮ ਨਹੀਂ ਸੀ, ਬਹੁਤ ਔਖਾ ਕੰਮ ਨੇਪਰੇ ਚਾੜਿਆ ਇਹ। ਹੁਣ ਤੂੰ ਇੱਥੇ ਸਿਆਣੀ ਬਣ ਕੇ ਰਹੀ, ਮੁੰਡੇ ਨੂੰ 10 ਕਿੱਲੇ ਜ਼ਮੀਨ ਦੇ ਆਉਂਦੇ ਨੇ, ਤੇਰੀ ਫੋਟੋ ਦੇਖ ਕੇ ਤਾਂ ਉਹ ਜਵਾਬ ਦਿੰਦਾ ਸੀਗਾ, ਉਹ ਕਹਿੰਦਾ ਕੁੜੀ ਦੇ ਮੂੰਹ 'ਤੇ ਦਾਗ ਨੇ, ਕੁੜੀ ਸੋਹਣੀ ਨਹੀਂ ਹੈਗੀ, ਮੈਂ ਨਹੀਂ ਰਿਸ਼ਤਾ ਕਰਾਉਂਦਾ ਇੱਥੇ।
बस एक धक्के मुक्की नाल तेरा ब्याह करवाता इत्थे। हुण तू मेरी सौ दी इक सुन लै, सियाणी बन के रही, कम कार संभाल, सारा घर जोड़ के रखी, किते साडी बेइज्जती करा दे। तुसी मेरे ते विश्वास रखो, बेशक मैं शक्लो सोहनी नहीं पर मैं घर नूं सांभणा चंगी तरह जानदी हां। चल चंगा पुत, हुण सांभ के रख सारा घर बार, असीं चलदे हां फिर। चंगा भुआ जी। लग गई स्कीम, ना सप्प मर गया ना लाठी भी नहीं टुटी। चल चंगा आमने भी कोई कुड़ी जुड़ गई ना, इन्हों का खानदान भी अगे चल पूगा। हूं तू कहनी चलू परिवार, वो तो उजड़ूगा उजड़ू, जो आमना नहीं रहा तो परिवार कहदा चलू। चल अपना तो पुत ऐश करूगा। ऐश तो करूगा पुत अपना, क्योंकि आप हूँ आमने छदरी ती मिलिया थी तो सला आप मर जू हिचके हिचके नाले आप नवे फिर खुले जमीन होनी है। अनु जी चाय पी लो, मेरे नाल तो गुस्सा हो, चाय नाल कादा गुस्सा। चंगा जी आ चाय पी है, चाय पी लो। ओ मर जा परे। अजकल तो लोग शक्लों नूं प्यार करदे ने, इश मेरा की कसूर जे रब ने मैनूं बदसूरत बनाया। पर इहदा किस्मत ही माड़ी है, मैं तो इन्ने प्यार नाल चाह बना के लियाई सी। जी मैं रोटी पा के लियावा जी, मैं फिर दूध लिया दिनी हाँ। की गल जी, तुसी मेरे नाल सारा दिन गुस्से क्यों रहने हो? ओ बस कर पाया तू। ਸਸਿਕਾਲ ਜੀ, ਕੀ ਹਾਲ ਆ ਰਾਣਾ ਜੀ? ਹਾਂ ਜੀ ਹਾਂ ਵਧੀਆ। ਹੋਰ ਪੁੱਤ ਠੀਕ ਹੈ? ਸਸਿਕਾਲ ਭੈਣੇ, ਆ ਜਾਓ ਬੈਠੋ। ਹਾਂ ਜੀ ਹਾਂ, ਘਰ ਦਾ ਮਾਹੌਲ ਦੋ ਦਿਨਾਂ 'ਚ ਬਦਲਦਾ ਹੈ। ਹਾਂ ਜੀ ਹਾਂ, ਕਹਿ ਦੂਗਾ ਕੋਈ ਇਸ ਘਰ 'ਚ ਪਹਿਲਾਂ ਤਾਂ ਬੋਲਦੇ ਤੇ ਰੌਣਕ ਲੱਗੀ ਪਈ ਹੈ। ਭੈਣੇ ਸਾਰੀ ਤੁਹਾਡੀ ਉਹ ਕਿਰਪਾ ਹੈ, ਜੇ ਤੁਸੀਂ ਰਿਸ਼ਤਾ ਕਰਾਇਆ ਤਾਂ ਘਰ ਦੀ ਨੁਹਾਰ ਬਦਲਦੀ ਕੁੜੀ ਨੇ। ਮਾਮਾ ਉਹ ਪਹਿਲਾਂ ਛੱਡ, ਤੂੰ ਅਮਲਾ ਕਿੱਥੇ ਆ? ਦਿਖਦੀ ਨਹੀਂ ਕਿਤੇ। ਉਹ ਪੁੱਤ ਕੰਮ ਗਿਆ ਇੱਧਰੇ, ਉਹ ਆ ਗਿਆ ਦੇਖ। मेरे को दो किले आंदे पर सोने वर्गे रन लिया, तेरे को आंदे दस किले।
देख ला किहो जी तेरे मत्थे मारी है। वैसे गल भी सही है, जेहो जी किस्मत ओही रंग मिल गई। सारा कुछ तेरे सामने ही है। वैसे उन्हें कटता किवें यार, किन्ने दाग ने मूँह ते। फेर जाया आंदा आ तेरी भू आउणी बैठ। कपड़े दिते सी मुंह ते मारे ला दस कोई गल है पहला देख ला मामे के हो जे हाल ने दे आ लक्षणा कक्क दे रिश्ता नहीं हुंदा सी इहनू साले नू शर्म नहीं आउंदी पहला इहदे करके दी मां मर गई हुण आ गऊ वर्गी कुड़ी नू मारन नू फिरदा हैगा ले होर बगानी ती नू कुटण दा की कम इहदा अच्छा तां थोड़ा घर बसदा करिया ते मसां तानू आ दिन देखण नू रह गए ते हुण ले हा देख वीरे इहदा बगानी ती नू कुटण दा की कम ओ चल मामे मार गुस्सा हमें नू फड़ा दे तू एक तू देख ला इक ओ देख ला लंडर हो चल मम्मी कोई गल नहीं ऐ बह जा खत्म करना बापू हूं ओरी नूह नी मिल गई हम रोटियां ला के खवा दिया करू लौट नहीं रही मैं मरी चंगा।